ਅੱਜ ਪੰਜਾਬ ਅੰਦਰ ਹੜਤਾਲਾਂ ਦਾ ਦਿਨ ਹੈ ਤੇ ਜਲੰਧਰ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ ਸੜਕਾਂ ਦੇ ਉੱਪਰ ਉਤਰ ਕੇ ਸਰਕਾਰ ਦੇ ਖਿਲਾਫ ਨਾਰੇਬੰਦੇ ਜਿਹੜੇ ਆ ਲਾਏ ਜਾ ਰਹੇ ਆ। ਲੋਕਾਂ ਦੇ ਆਪੋ ਆਪਣੇ ਮੁੱਦੇ ਹੈਗੇ ਆ, ਇਹਦੇ ਵਿੱਚ ਕਈ ਜਥੇਬੰਦੀਆਂ ਨੇ ਜਿਹੜੀਆਂ ਉਹ ਮੌਜੂਦ ਹੈਗੀਆਂ ਨੇ। ਗੱਲਬਾਤ ਕਰਦੇ ਆ, ਕੀ ਨਾਮ ਆ ਬਾਬਾ ਜੀ ਤੁਹਾਡਾ? ਕੇਵਲ ਸਿੰਘ ਹਜ਼ਾਰਾ। ਹਜ਼ਾਰਾ ਸਾਹਿਬ, ਕਿਹੜੀ ਜਥੇਬੰਦੀ ਵੱਲੋਂ ਤੁਸੀਂ ਤੇ ਤੁਹਾਡੀਆਂ ਮੰਗਾਂ ਕੀ ਨੇ? ਮੈਂ C2 ਵੱਲੋਂ, ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ, ਤੇ ਅੱਜ ਦੀ ਹੜਤਾਲ ਜਿਹੜੀ ਆ ਇਹ ਸਾਰੀਆਂ ਕੇਂਦਰ ਟ੍ਰੇਡ ਯੂਨੀਅਨਾਂ ਵੱਲੋਂ ਸਿਰਫ BMS ਨੂੰ ਛੱਡ ਕੇ ਪੰਜਾਬ ਦੀਆਂ ਸੂਬਾਈ ਫੈਡਰੇਸ਼ਨਾਂ ਵੱਲੋਂ ਸਾਰਿਆਂ ਵੱਲੋਂ ਸਾਂਝੇ ਤੌਰ 'ਤੇ ਆ। ਮੁੱਖ ਮੰਗਾਂ ਨਿਊਨਤਮ ਜਿਹੜੀ ਘੱਟੋ ਘੱਟ ਮਜ਼ਦੂਰੀ ਆ ਉਹ 18,000 ਕਰਨ ਦੀ ਆ, ਅਤੇ ਜਿਹੜੇ ਆਊਟਸੋਰਸਿੰਗ ਜਾਂ ਠੇਕੇ 'ਤੇ ਮੁਲਾਜ਼ਮ ਰੱਖੇ ਜਾਂਦੇ ਆ ਉਹਨਾਂ ਦੀ ਥਾਂ ਪੱਕੇ ਕਰਾਉਣ ਦੀ ਆ। ਇਸੇ ਤਰ੍ਹਾਂ ਸਕੀਮ ਵਰਕਰਾਂ ਨੂੰ ਸਰਕਾਰੀ ਮੁਲਾਜ਼ਮ ਬਣਾਉਣ ਦੀ ਮੰਗਾਂ ਆ। ਆਂਗਨਵਾੜੀ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਇਹਨਾਂ ਨੂੰ ਘੱਟੋ ਘੱਟ ਤਨਖਾਹ ਦੇ ਕਾਨੂੰਨ ਦੇ ਦਾਇਰੇ 'ਚ ਲਿਆਉਣ ਦੀ ਮੰਗ ਆ। ਇਸੇ ਤਰ੍ਹਾਂ ਹੀ ਹੋਰ ਮੁਲਾਜ਼ਮਾਂ ਦੀਆਂ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਉਹਨੂੰ ਬਹਾਲ ਕਰਾਉਣ ਦੀ ਮੰਗ ਆ। ਕਿਸਾਨਾਂ ਨੂੰ ਸਾਰੇ ਕਰਜ਼ੇ ਮਾਫ਼ ਕਰਾਉਣ ਦੀ ਮੰਗ ਆ ਅਤੇ ਉਹਨਾਂ ਨੂੰ ਆਪਣਾ ਫਸਲਾਂ ਦੇ ਵਾਜਬ ਭਾਅ, ਲਾਹੇਵੰਦ ਭਾਅ ਦੇਣ ਦੀ ਮੰਗ ਆ। ਇਸੇ ਤਰ੍ਹਾਂ ਨੌਜਵਾਨਾਂ ਦੀ ਰੁਜ਼ਗਾਰ ਦੀ ਗਰੰਟੀ ਦੀ ਕਾਨੂੰਨ ਬਣਾਉਣ ਦੀ ਮੰਗ ਆ ਅਤੇ ਉਹਨਾਂ ਨੂੰ ਬੇਕਾਰੀ ਪੱਤਾ ਦੇਣ ਦੀ ਮੰਗ ਆ। ਔਰਤਾਂ ਉੱਤੇ ਜ਼ੁਲਮ ਜੋ ਹੋ ਰਹੇ ਆ ਉਹਦੇ ਖਿਲਾਫ਼, ਇਸੇ ਤਰ੍ਹਾਂ ਦਲਿਤਾਂ 'ਤੇ ਅਤੇ ਘੱਟ ਗਿਣਤੀਆਂ 'ਤੇ ਜੋ ਹਿੰਦੁਸਤਾਨ ਦੇ ਸੰਵਿਧਾਨ ਨੂੰ ਖਤਰਾ ਪੈਦਾ ਹੋਇਆ ਆ, ਹਿੰਦੂ ਰਾਸ਼ਟਰ ਬਣਾਉਣ ਦੀਆਂ ਜੋ ਚਾਲਾਂ ਚੱਲੀਆਂ ਜਾ ਰਹੀਆਂ ਉਹਦੇ ਖਿਲਾਫ਼ ਵੀ ਇਹ ਮੰਗ ਆ ਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ, ਜਮਹੂਰੀਅਤ ਅਤੇ ਸੈਕੂਲਰਿਜ਼ਮ, ਧਰਮ ਨਿਰਪੱਖਤਾ ਕਾਇਮ ਰਹਿਣੀ ਚਾਹੀਦੀ ਆ। ਇਹਨਾਂ ਮੰਗਾਂ 'ਤੇ ਅੱਜ ਸਾਰੇ ਦੇਸ਼ ਦਾ ਭਾਰਤ ਵਿੱਚ ਬੰਦ ਹੋ ਰਿਹਾ। ਧੰਨਵਾਦ ਕੇਵਲ ਸਾਹਿਬ। ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਲੰਧਰ ਦੀਆਂ ਸੜਕਾਂ ਦੇ ਉੱਪਰ ਇਹ ਮੁਲਾਜ਼ਮ ਉਤਰੇ ਹੋਏ ਨੇ, ਔਰਤਾਂ ਵੀ ਇਹਨਾਂ ਦੇ ਨਾਲ ਹੈ, ਆਂਗਣਵਾੜੀ ਵਰਕਰ ਵੀ ਜਿਹੜੇ ਆ ਉਹ ਇੱਥੇ ਹੈਗੇ ਆ, ਪਰ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀਆਂ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਐਜੀਟੇਸ਼ਨਸ ਕਰ ਰਹੇ ਨੇ, ਵਿਰੋਧ ਪ੍ਰਦਰਸ਼ਨ ਇਹਨਾਂ ਦੇ ਜਿਹੜੇ ਆ ਹੋ ਰਹੇ ਆ, ਪਰ ਸਰਕਾਰ ਦੇ ਖਿਲਾਫ਼ ਅੱਜ ਫਿਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਖਿਲਾਫ਼ ਅੱਜ ਇਹ ਲੋਕ ਸੜਕਾਂ ਦੇ ਉੱਪਰ ਉਤਰੇ ਨੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।